गल तो जरूर कोई ना कोई होनी है जिहड़ा मम्मी नूं उधर सद्या वा। मैनू नहीं कोई गल दसदे हैगे। इदां करदी आ सुणदी आ भला गल की करन डे आ। तो मेरे मन च बेचैनी जी हुई कित कोई गलत काम ही ना कर ले तो मैं मम्मी मोटरसाइकिल पिछे नूं मोड़ लिया तो उह गल हुई मेरे जांदिया नूं संदीप नहर की रेलिंग के उपर चढ़ी ही। वो तो मैं ना मौके से पहुँचता तो कल इन्हें छाल मार ही देनी ही नहर दे विच। अहीं तो सिर्फ तेरिया कली दियां ही सुनी जाने आ जे कितें उन्हां दियां भी सुनीए तो सानूं पता लगे भी कौन सच्चा ते कौन झूठा। तो भाभी फिर मैं की करा कित्थे जावां मैं मेरे सहुरे मैनू वह नहीं जीण दिंदे इत्थे आ ते तुसीं नहीं मैनू जीण दिंदे। जरा सोचो मम्मी जिदा ही कवल का दूजा विआह कीता वा ना कोई फोटोआं लथियां ना कोई लिख लिखा होया उत्तों संदीप अपने पेके बैठी आ। क्यों मनदी आ फिर वेख ला आपां सप्प भी मार दिता ते डांग भी नहीं टुटन दित्ती। कवल मन गई है मैं तुहाडे दिमाग नूं इदां ही आ ना फिर। प्रीत चाह बना वधिया जी करने गड़वी सुस्ती जी बड़ी पई आ फिर पट्ठे पुठे गुजरीए। मैं नहीं बनाउणी। क्यों तू क्यों नहीं बनाउणी की होया तैनू? ਉਹਨਾਂ ਨੂੰ ਕਹੋ ਬਣਾ ਕੇ ਦਿਓ ਜਿਨ੍ਹਾਂ ਦੇ ਨਾਲ ਤੁਹਾਡੀ ਹਰੇਕ ਗੱਲ ਸਾਂਝੀ ਹੁੰਦੀ ਆ। ਆ ਕੀ ਗੱਲ ਹੋਈ ਤੇਰੀ? ਤੇਰੇ ਨਾਲ ਨਹੀਂ ਦੱਸ ਮੈਂ ਕਰਦਾ। ਕਿਹੜੀ ਗੱਲ ਕੀਤੀ ਸੀ ਦੱਸੋ ਤੇ ਸਹੀ। ਕਿਹੜੀ ਨਹੀਂ ਕਰਦਾ ਮੈਨੂੰ ਇਹ ਦੱਸ ਪਹਿਲਾਂ। ਆਹੋ ਲੋਕਾਂ ਸਾਹਮਣੇ ਮੈਂ ਕਹਿੰਦੀ ਰਹਿੰਦੀ ਹੈ ਕਿ ਵਿੱਕੀ ਮੇਰੇ ਨਾਲ ਹਰੇਕ ਗੱਲ ਕਰਦੀ ਆ ਕੋਈ ਪੜਦਾ ਨਹੀਂ ਰੱਖਦੇ ਪਰ ਨਹੀਂ ਵਿੱਕੀ ਤੇ ਸਾਰੀਆਂ ਗੱਲਾਂ ਦੇ ਮੇਰੇ ਤੋਂ ਪੜਦੇ ਰੱਖਦੇ ਆ। ਉਹ ਕਿਹੜੀ ਗੱਲ ਦਾ ਪੜਦਾ ਰੱਖ ਲਿਆ ਮੈਂ ਤੇਰੇ ਕੋਲੋਂ ਦੱਸ ਤੇ ਸਹੀ। ਉਸੇ ਗੱਲ ਦਾ ਹੀ ਜਿਹੜੇ ਮੰਮੀ ਨੇ ਤੁਸੀਂ ਇੱਥੇ ਗੱਲ ਕਰਨ ਦੇ ਸੀ ਕਿ ਸੰਦੀਪ ਨਹਿਰ 'ਚ ਛਾਲ ਮਾਰ ਲੱਗੀ ਸੀ। ਕਈ ਗੱਲਾਂ ਨਹੀਂ ਵੀ ਦੱਸਣ ਵਾਲੀਆਂ ਹੁੰਦੀਆਂ ਠੀਕ ਆ ਨਾ ਕਈਆਂ ਗੱਲਾਂ ਤੇ ਪੜਦੇ ਰੱਖਣੇ ਜ਼ਰੂਰੀ ਹੁੰਦੇ ਆ। ਤਾਂ ਠੀਕ ਆ ਫਿਰ ਰੱਖੀ ਰੱਖੋ ਪੜਦੇ। ਰੱਖੀ ਰੱਖੋ ਪੜਦੇ ਉਦਾਂ ਵੀ ਤੈਨੂੰ ਕੋਈ ਵੀ ਗੱਲ ਦੱਸ ਦੋ ਨਾ ਤੂੰ ਚਾਰਾਂ ਜੀਆਂ ਨਾਲ ਹੋਰ ਗੱਲ ਕਰਨੀ ਹੁੰਦੀ ਆ ਬਦਨਾਮੀ ਤੇ ਫਿਰ ਆਪਣੀ ਹੁੰਦੀ ਆ। ਆਹੋ ਕਿ ਮੈਂ ਹੀ ਬਦਨਾਮੀ ਕਰਾਉਣੀ ਆ। ਮੈਂ ਆਹ ਗੱਲ ਨਹੀਂ ਕਰਨ ਡਿਆ ਮੈਂ ਇਹ ਕਹਿਣ ਡਿਆ ਕਈਆਂ ਚੀਜ਼ਾਂ ਦੇ ਢੱਕ ਢਕਾ ਰੱਖਣੇ ਪੈਂਦੇ ਆ ਹੁਣ ਉਹ ਗੱਲ ਹੀ ਇਦਾਂ ਦੀ ਸੀ। ਆਹ ਤੇ ਮੇਰੇ ਨਾਲ ਕਰਨੀ ਜ਼ਰੂਰੀ ਨਹੀਂ ਸੀ ਨਾ ਹੈਗੀ ਬਾਹਰ ਸਾਰੇ ਲੋਕਾਂ ਨੂੰ ਗੱਲ ਦਾ ਪਤਾ ਹੋਊਗਾ ਬਸ ਮੈਨੂੰ ਨਹੀਂ ਇਸ ਘਰ 'ਚ ਪਤਾ ਹੁੰਦਾ ਕਿਸੇ ਗੱਲ ਦਾ। ਹੁਣ ਤਾਂ ਲੱਗ ਗਿਆ ਨਾ ਪਤਾ ਜੇ ਅਸੀਂ ਨਹੀਂ ਦੱਸੀ ਸਾਡੇ ਨਾਂ ਦੱਸਣ ਦੇ ਬਾਵਜੂਦ ਵੀ ਤੈਨੂੰ ਪਤਾ ਲੱਗ ਗਿਆ ਨਾ। ਤੋਰ ਫਿਰ ਲੱਗਣਾ ਹੀ ਆ ਕੰਨਾਂ ਦੇ ਵੀ ਕੰਨ ਹੁੰਦੇ ਆ। ਚੋਰੀ ਕੰਧਾਂ ਨਾਲ ਲੱਗ ਲਾ ਕੇ ਸਾਡੀਆਂ ਗੱਲਾਂ ਸੁਣਦੀ ਆ ਤੈਨੂੰ ਸ਼ਰਮ ਨਹੀਂ ਆਉਂਦੀ? ਤੇ ਜਦੋਂ ਤੁਸੀਂ ਆਪ ਮੇਰੇ ਤੋਂ ਚੋਰੀਆਂ ਰੱਖਦੇ ਜੇ ਤੇ ਉਦੋਂ ਬਸ ਇਸੇ ਕਰਕੇ ਨਹੀਂ ਤੈਨੂੰ ਦੱਸੀਦਾ ਪਜਣੀ ਹੁੰਦੀ ਨਹੀਂ ਤੈਨੂੰ ਗੱਲ। ਚਾਹ ਪੀਣ ਆਇਆ ਸੀ ਘੁੱਟ ਪਰ ਮੈਨੂੰ ਨਹੀਂ ਪਤਾ ਆਉਂਦਾ ਦਿਮਾਗ ਖਰਾਬ ਕਰ ਦੇਣਾ ਮੇਰਾ। ਜਦੋਂ ਮੇਰੇ ਤੋਂ ਚੋਰੀਆਂ ਰੱਖਦੇ ਜੇ ਉਦੋਂ ਨਹੀਂ ਤੁਹਾਡਾ ਦਿਮਾਗ ਖਰਾਬ ਹੁੰਦਾ ਮੇਰੀਆਂ ਗੱਲਾਂ ਨਾਲ ਜ਼ਿਆਦਾ ਹੀ ਹੋ ਜਾਂਦਾ ਵਾ। ਪੀਐਲ ਵੇਖੋ ਹੀ ਨਹੀਂ ਆਪਣਾ ਓਪੀਨੀਅਨ ਦੇ ਕੇ ਜਿੱਤ ਸਕਦੇ ਹੋ ਬਹੁਤ ਸਾਰੇ ਇਨਾਮ lotus365.in ਤੇ। ਇੱਥੇ ਕਾਫੀ ਸਾਰੇ ਸਵਾਲ ਪੁੱਛੇ ਜਾਣਗੇ ਜਿਵੇਂ ਕਿਹੜੀ ਟੀਮ ਮੈਚ ਜਿੱਤੇਗੀ ਕਿਹੜੀ ਟੀਮ ਟੌਸ ਜਿੱਤੇਗੀ ਉਹਨਾਂ ਸਵਾਲਾਂ ਦੇ ਤੁਸੀਂ ਜਵਾਬ ਦੇਣੇ ਨੇ ਤੇ ਬਹੁਤ ਸਾਰੇ ਇਨਾਮ ਜਿੱਤ ਸਕਦੇ ਹੋ। lotus365 ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ ਤੇ ਪਾਓ 365 ਰੁਪਏ ਦਾ ਬੋਨਸ। ਇੱਥੇ ਤੁਹਾਨੂੰ 24 ਘੰਟੇ ਇੱਕ ਤੋਂ ਇੱਕ ਕਸਟਮਰ ਸਪੋਰਟ ਮਿਲਦੀ ਰਹੇਗੀ। ਇੱਥੇ 10 ਮਿਲੀਅਨ ਤੋਂ ਵੀ ਜ਼ਿਆਦਾ ਯੂਜ਼ਰ ਆਲਰੇਡੀ ਖੇਡ ਰਹੇ ਨੇ। ਇੱਥੇ ਕ੍ਰਿਕਟ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਤੁਸੀਂ ਜਵਾਬ ਦੇ ਕੇ ਬਹੁਤ ਵਧੀਆ ਇਨਾਮ ਜਿੱਤ ਸਕਦੇ ਹੋ। ਨਵਾਜੁਦੀਨ ਸਦੀਕੀ ਨੇਹਾ ਸ਼ਰਮਾ ਕਾਜਲ ਅਗਰਵਾਲ ਅਤੇ ਸੁਨੀਲ ਸ਼ੈਟੀ ਇਹਨਾਂ ਦੇ ਬ੍ਰਾਂਡ ਅੰਬੈਸਡਰ ਨੇ। ਅਤੇ ਫਿਰ ਇੰਤਜ਼ਾਰ ਕਿਸ ਗੱਲ ਦਾ lotus365.in ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ ਲਿੰਕ ਕਮੈਂਟ ਬਾਕਸ ਵਿੱਚ ਪਿੰਨ ਕੀਤਾ ਹੋਇਆ। ਲੈ ਵੇਖ ਲਓ ਕਵਲ ਮੈਨੂੰ ਤੁਸੀਂ ਤਿਆਰ ਹੋਣ ਨੂੰ ਕਹਿਤਾ ਆਪ ਅਜੇ ਤੱਕ ਤੁਸੀਂ ਨਹਾਤੇ ਵੀ ਨਹੀਂ ਆ। ਉਹ ਮੈਂ ਮੱਝਾਂ ਵੱਲ ਚੱਲ ਗਿਆ ਸੀ ਜ਼ਰਾ ਕੇ ਗੇੜਾ ਮਾਰਨ। ਕੋਈ ਗੱਲ ਨਹੀਂ ਮੈਨੂੰ ਕਿਹੜਾ ਟਾਈਮ ਲੱਗਣਾ 2 ਮਿੰਟ ਦੇ ਵਿੱਚ ਮੈਂ ਤਾਰੀ ਮਾਰ ਕੇ ਆ ਜਾਣਾ ਵਾ ਤੁਸੀਂ ਮੇਰੇ ਕੱਪੜੇ ਕੱਢੋ। ਚਲੋ ਤੁਸੀਂ ਨਹਾਓ ਮੈਂ ਕੱਪੜੇ ਕੱਢਦੀ ਹਾਂ। ਆਹੋ ਕੱਢੋ ਕੱਪੜੇ।
ਭਾਬੀ ਇਹ ਝਾੜੂ ਬਾਅਦ ਵਿੱਚ ਮਾਰ ਲਈ, ਕਿਉਂ ਮੇਰੇ ਕੱਪੜਿਆਂ ਦੇ ਉੱਤੇ ਘੱਟਾ ਪਾਉਣਾ ਵਾ? ਚੱਲ ਜੇ ਇੰਨਾ ਹੀ ਸ਼ੌਂਕ ਆ ਨਾ ਤੇ ਇੱਕ ਕੰਮ ਕਰ ਦੇ, ਮੇਰੀ ਜੁੱਤੀ ਪਈ ਆ ਉੱਥੇ ਪੇਟੀ ਦੇ ਥੱਲੇ, ਦਵਿੰਦਰ ਕੋਲੋਂ ਤਾਂ ਕੱਢੀ ਨਹੀਂ ਜਾਣੀ ਠਾਂ ਹੋ ਕੇ, ਤੁਸੀਂ ਕੱਢ ਕੇ ਲਿਆ ਦਿਓ, ਤੁਹਾਡੀ ਦਰਾਣੀ ਨੂੰ ਲੈਣ ਜਾਣਾ ਮੈਂ। ਇਹਨਾਂ ਦੋਵਾਂ ਜਾਣਿਆਂ ਨੇ ਤਾਂ ਮੇਰੀ ਜਾਨ ਦੁਖੀ ਕੀਤੀ ਆ, ਫਾਹੇ ਲਾ ਕੇ ਰੱਖਿਆ ਵਾ, ਅਤੇ ਜਿਹੜੀ ਤੀਜੀ ਨੂੰ ਲੈਣ ਚੱਲੇ ਆ ਉਹਨੇ ਅਜੇ ਆਣ ਕੇ ਪਤਾ ਨਹੀਂ ਕੀ ਕਰਨਾ ਵਾ, ਔਖੀ ਤਾਂ ਉਹ ਵੀ ਬੜੀ ਹੋਣੀ ਆ ਮੇਰੇ 'ਤੇ। ਭਾਬੀ ਇੰਨੀ ਗੰਦੀ ਜੁੱਤੀ, ਇਹਨੂੰ ਸਾਫ਼ ਕਿੰਨੇ ਕਰਨਾ? ਸ਼ਾਬਾਸ਼ ਸ਼ਾਬਾਸ਼। ਭਾਬੀ ਉਹ ਜੁੱਤੀ ਦੇ ਕਾਹਤੋਂ ਇੰਨਾ ਗੁੱਸਾ ਕੱਢੀ ਜਾਂਦੀ ਆ, ਇਹਨੇ ਕਿਹੜਾ ਵਿਚਾਰੀ ਨੇ ਬੋਲਣਾ ਵਾ? ਮੇਰੀ ਚੰਗੀ ਭਾਬੀ। ਹੋ ਗਏ ਜੇ ਤਿਆਰ? ਹਾਂਜੀ ਮੰਮੀ ਹੋ ਗਏ। ਗੱਲ ਸੁਣ ਪੁੱਤ ਮੇਰੀ, ਉੱਥੇ ਕੋਈ ਵੱਧ ਘੱਟ ਨਾ ਗੱਲ ਕਰੀ, ਚੁੱਪ ਕਰਕੇ ਉਹਨੂੰ ਲੈ ਆਇਓ ਇੱਕ ਵਾਰੀ। ਮੰਮੀ ਆ ਤਾਂ ਮੈਂ ਤੁਹਾਡੇ ਕਹਿਣ 'ਤੇ ਜਾਣ ਡਿਆ, ਨਹੀਂ ਤਾਂ ਸੱਚੀ ਗੱਲ ਆ ਮੇਰੀ ਵੱਡਿਓ ਰੂਹ ਨਹੀਂ ਕਰਨ ਦੀ ਉਹਨੂੰ ਇੱਥੇ ਇਸ ਘਰ ਦੇ ਵਿੱਚ ਲੈ ਕੇ ਆਉਣ ਦੀ। ਨਾ ਨਾ ਪੁੱਤ ਇੱਦਾਂ ਦੀ ਗੱਲ ਨਾ ਕਰੀ, ਉਹਨੂੰ ਲੈ ਆ ਇੱਕ ਵਾਰੀ, ਜੇ ਕਿਤੇ ਸਾਡੇ 'ਤੇ ਕੇਸ ਕਰ ਦਿੱਤਾ ਨਾ ਤਾਂ ਅਸੀਂ ਬੱਜੇ ਨਹੀਂ ਛੁੱਟਣਾ। ਇਸੇ ਕਰਕੇ ਤਾਂ ਲੈਣ ਚੱਲਿਆ ਵਾਂ। ਹਾਂ ਚੱਲੀਏ ਫਿਰ। ਚੱਲ ਚੱਲ ਜਾਓ ਫਿਰ, ਮੁੜ ਕੇ ਵੀ ਆਉਣਾ ਆ। ਠੀਕ ਆ, ਫੋਨ ਕਰ ਦਿਓ ਮੈਨੂੰ। ਚੰਗਾ। ਜਤਿੰਦਰ ਦੀਦੀ ਕਿੱਥੇ ਆ? ਇੱਥੇ ਬਾਹਰ ਹੀ ਹੋਣੇ ਆ ਕਿਤੇ। ਕੀ ਵੇਖੀ ਜਾਂਦੇ ਜੇ? ਵੇਖਣਾ ਕੀ ਅੜੀਏ, ਕਿੱਡਾ ਸੋਹਣਾ ਫਲ ਪਿਆ ਸੀ ਤੇ ਹਨੇਰੀ ਆਈ ਆ ਤਾਂ ਆਵੇ ਕਿੱਦਾਂ ਸਾਰਾ ਹੀ ਥੱਲੇ ਚੜ ਗਿਆ, ਟਾਹਣੀਆਂ ਤੇ ਖਾਲੀ ਹੋ ਗਈਆਂ ਵਾ। ਕੋਈ ਇੰਨਾ ਤੇ ਗਲਾ ਪਿਆ ਵਾ, ਫਲ ਕਿੱਥੋਂ ਰਹਿਣਾ ਸੀ? ਐਰਕਾਂ ਸਗੋਂ ਆਸ ਲਾਈ ਸੀ ਵੀ ਕਿੱਡਾ ਸੋਹਣਾ ਫਲ ਪਿਆ, ਬਹੁਤਾ ਹੀ ਜ਼ਿਆਦਾ ਪਿਆ ਸੀ। ਆਹੋ ਸਾਰਾ ਹੀ ਝੜ ਗਿਆ ਹਨਾ, ਝੜ ਗਿਆ ਕਿ ਵੇਖਾਂਗੇ ਹਾਂ ਥੱਲੇ ਕੀ ਹਾਲ ਬਣਿਆ। ਅੱਛਾ ਫਿਰ ਪਾ ਹੀ ਲਿਆ ਖਲਾਰਾ? ਆਹੋ ਨਹੀਂ ਭੈਣਾ, ਖਲਾਰਾ ਤੇ ਪਾ ਲਿਆ ਏ, ਪਰ ਹੋਰ ਹੀ ਇੱਕ ਪੰਗਾ ਪੈ ਗਿਆ ਨਾਲ। ਹਾਏ ਪੰਗਾ, ਕਿਹੜਾ ਪੰਗਾ ਪੈ ਗਿਆ? ਨਹੀਂ ਆਹ ਜਿਹੜੀ ਚੜੇਲ ਘਰ ਬੈਠੀ ਆ, ਜਾਣ ਦਾ ਤਾਂ ਨਾਂ ਨਹੀਂ ਲੈਣ ਡੀ, ਤੇ ਮੈਂ ਸੋਚਿਆ ਕਿਉਂ ਨਾ ਮਿਸਤਰੀ ਲਾ ਲਈਏ, ਤੇ ਚੱਲ ਕੰਮ ਨਿਬੜ ਜੂਗਾ, ਉਦਾਂ ਵੀ ਮੈਨੂੰ ਕੱਲੀ ਨੂੰ ਔਖਾ ਹੋ ਜਾਣਾ ਸੀ, ਤੇ ਚੱਲ ਹੁਣ ਰੋਟੀ ਪਾਣੀ ਮਿਸਤਰੀਆਂ ਦੀ ਬਣਨੀ ਆ, ਤੇ ਨਾਲ ਇਹਨੂੰ ਡਾਵਾਂਗੀ ਨਾ, ਨਾਲ ਕਿੰਨਾ ਖਲਾਰਾ ਸਾਫ਼ ਸਫਾਈ ਕਰ ਦੇਣੀ ਸੀ। ਨਹੀਂ ਇੱਧਰੋਂ ਮੈਂ ਮਿਸਤਰੀ ਡਾਲੇ ਹੀ ਆ, ਤੇ ਉੱਧਰੋਂ ਇਹਦੇ ਘਰ ਵਾਲੇ ਦਾ ਫੋਨ ਆ ਗਿਆ, ਅਸੀਂ ਲੈਣ ਆਉਣ ਲੱਗੇ ਹਾਂ ਇਹਨੂੰ, ਤੇ ਜੇ ਮੈਨੂੰ ਪਤਾ ਹੁੰਦਾ ਵੀ ਮਿਸਤਰੀ ਡਾਏ ਇਹ ਚੜੇਲ ਨੇ ਗਲੋਂ ਲੱਥਣਾ ਹੈ, ਮੈਂ ਮਹੀਨਾ ਪਹਿਲਾਂ ਨਾ ਡਾ ਲੈਂਦੀ। ਨਹੀਂ ਜਿਹੜਾ ਕੰਮ ਛੋਇਆ ਵਾ ਉਹ ਤੇ ਹੋ ਹੀ ਜਾਣਾ ਵਾ, ਪਰ ਮੈਨੂੰ ਇੱਕ ਗੱਲ ਦੀ ਨਹੀਂ ਸਮਝ ਲੱਗਣ ਦੀ, ਅੱਜ ਸੂਰਜ ਕਿੱਧਰੋਂ ਚੜਾਇਆ ਵਾ, ਇੰਨਾ ਕੁਛ ਇਹਨੇ ਕੀਤਾ ਉਹ ਫਿਰ ਵੀ ਨੂੰ ਲੈਣਾ ਚੱਲੇ ਆ। ਨਹੀਂ ਇਸ ਗੱਲ ਦਾ ਮੈਨੂੰ ਤਾਂ ਨਹੀਂ ਪਤਾ ਵੀ ਇਹਦੇ ਵਿੱਚ ਉਹਨਾਂ ਦਾ ਕੀ ਮਤਲਬ ਆ, ਪਰ ਮੇਰੇ ਗਲੋਂ ਲੱਥ ਜਾਣਾ ਹੈ, ਸ਼ੁਕਰ ਹੀ ਕਰਾਂਗੇ ਕਿਤੇ ਜਦੋਂ ਇਹ ਘਰੋਂ ਨਿਕਲੇਗੀ। ਪਰ ਸਾਡੇ ਘਰ 'ਤੇ ਕਿਸੇ ਨੂੰ ਵੀ ਨਹੀਂ ਪਤਾ ਕਿ ਇਹਨੂੰ ਲੈਣ ਆਉਣ ਲੱਗੇ ਆ। ਨਹੀਂ ਮੈਨੂੰ ਵੀ ਕਿਹੜਾ ਦੱਸਦੇ ਆ, ਆਹ ਤਾਂ ਹੁਣ ਤਿਆਰ ਹੋਣ ਡੀ ਆ ਤੇ ਫਿਰ ਮੈਨੂੰ ਪਤਾ ਲੱਗਿਆ ਹੀ। ਕਦੋਂ ਕੋਣ ਉਹਨਾਂ ਨੇ ਫਿਰ? ਮੇਰੇ ਹਿਸਾਬ ਨਾਲ ਤਾਂ ਆਉਣ ਹੀ ਵਾਲੇ ਹੋਣੇ ਆ। ਲੈ ਲੱਗਦਾ ਉਹ ਹੀ ਆ ਗਏ ਨੇ। ਮੇਰੀ ਗੱਲ ਸੁਣੋ, ਅੱਜ ਇਹਨਾਂ ਦਰਵਾਜ਼ਾ ਖੋਲੋ, ਮੈਨੂੰ ਜਾਲਾਂ ਦਿਓ, ਮੈਂ ਵਿੱਕੀ ਨੂੰ ਜਾ ਕੇ ਦੱਸਦੀ ਹਾਂ, ਨਾਲੇ ਉਹ ਵੀ ਭਾਜੀ ਨੂੰ ਮਿਲ ਲੈਣਗੇ। ਚੱਲ ਠੀਕ ਹੈ।
हैं दविंदर दीदी भी नाल आ मैनू तो लगा कि कल्ले भाजी नहीं आना वा कोई वड्डी कोई गल हुई होनी आ विक्की नू जाके दस दी आ विक्की 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 हाय हाय हुण इह कित्थे चल गया फोन लाउनी आ हैलो कित्थे जे छेती घर आओ फिर वो दस भी दिनी आ तुसी घर ते आओ बड़ी जरूरी गल आ हुणे आयो ठीक आ आजो आजो हुण पता नहीं की हो गया इनू जड़ी इन्नी काली पाई है इन्हें ठीक भी हो सही हाँ दस की होया वा विक्की उधर भाजी आए संदीप दीदी नू लैण नाल दविंदर दीदी भी आए आ तो फिर की हो गया आए ते तू तो मैनू इदा फोन किया पता नहीं की हो गया हुंदा दविंदर दीदी ने कितने तानू तक नहीं दसिया भी वेलो किन्ने पर्दे रखन डे पी ताडे तो भी ओए च पर्दे रखन वाली केड़ी गल आ कई यार बंदे कोलो नहीं टाइम हुंदा दसन दा जरूरी थोड़ी कि हर बार दस के ही आउण इन्नी कु गल हुंदी आ तू एडी सारी बना दिन्नी आ फिर कहिंदी मैनू कोई गल नहीं दसदे विक्की हैरानगी तो मैनू इस गल दी होण डी आ कि दविंदर दीदी आप नाल आए उहनू लैण जद कि दविंदर दीदी नू चंगा भला पता वा कि संदीप ने उहदे नाल की कुछ नहीं कीता ओए ते मैनू पहलां ही लगदा सी कि उहना आउणा ही आउणा एक दिन लैण जिदा मैनू संदीप के खिलाफ भुलेखा ही ना कि संदीप गलत आ इदा ही मैनू लगता कि उन्होंने भी भुलेखा दूर हो गया होना ताइयो अगले लैन आए आ उन्होंने तो घर च गल हुई ही नाले बाकी जे संदीप गलत होंगी ना तो उन्होंने कदी भी नहीं इतने वड़ना संदीप नू लैन पर इन्होंने सानू तो नहीं ना दसिया उदन संदीप होना नाराज सी तो उधर नहीं सी गए इधरों वापस अपने पिंड चल गए सी तो अज जे संदीप ना इन्हों की गिट मिट हो गई आ तो अज सू इन्होंने फोन करना भी जरूरी नहीं समझे एवें अपने मन के अंदाजे नहीं लाई जाइए होंगे जिन्ना चर पूरी गल का पता ना हो जिन्ना चर गल ना ना करिए उन्ना चर सही गल का पता नहीं लगता बाकी कोई गल नहीं थोड़े क टाइम तक मैं जाना उधर फिर लग जाना पता की गल हुई है तो की नहीं एवें बिना वजह गल हवा दिनी रही नहीं नहीं तू बह मैं लेके आना चल संदीप जो भी होया ना अहीं उहदे लई तेरे को माफी चाहने आ दविंदर तुसीं ते बड़े आराम नाल कहता कि अहीं तेरे को माफी मंगदे आ पर जिहड़े इल्जाम मेरे ते लगे आ जिहड़ी मेरी थू थू होई आ जिहड़े मैनू ताने मेहणे सहणे पए आ उहदा हरजाना कौण भरूगा संदीप तू सही आ अपनी थां ते तेरा गुस्सा भी जायज आ पर अहीं भी की करदे उदों हालात ही इदां दे बने पए सी सारा शक ही तेरे ते जान डिया सी इसे करके तहीं तेरे को हुण माफ़ी मंग रहे हाँ कवल मैनू किसे दी इन्नी परवाह नहीं सी होनी भावें जो कोई मर्जी कही जांदा पर टुट्टी ते मैं उदों जदों तुसी मेरे तो मुख मोड़िया तुसी एक वार भी नहीं सोचिया मेरे ते शक करन लग्या कि मैं इदा कर सकती हाँ संदीप ही मानते तो पे हाँ अपनी गलती पर तेनू दसिया तो हैगा कि हालात ही इदा दे बन गए ही बाकी सही है तेरी गल मैनू तेरे ते इदा शक नहीं करना चाहिए बस मेरी अकल तो पड़दा पै गया है इस करके तो मैं तेनू आप लैन आया तो तेरे को माफ़ी भी मंगते पे हाँ इदां दे कवल कल नूं फिर मेरे ते कोई ना कोई इल्जाम लग सकदा इहदा मतलब तुसीं फिर मेरे ते कल नूं शक कर सकदे आ वेख संदीप हुण ते सच झूठ दा नतारा हो गया ते सानूं पता भी लग गया कि साडे घर दे विच पाड़ पाउण वाला कौण आ कौण इदां दीआं हरकतां करन डिआ पर तेरी भी ते गलती आ ना जे उदण थोड़ी बहुती गल होई ही ते तूं वी उसे वेले बाहर आण के झट फोन कर दित्ता सोनू नूं कि सोनू आ जा मैनूं लै जा तो उल्टा सोनू मैनू मिलके भी नहीं गया कम से कम मिलना तो चाहिए ही हो सकता मौके दे उत्ते कोई गल क्लीयर होंगी मैं फोन किया तो उत्तों वीर मिलके नहीं आया एक गलती मेरी नहीं आ मम्मी नूं नहीं पूछया जां उन्होंने तुहानूं दस्या नहीं कि उदण की होया ही मम्मी दे कहण ते ही मैं फोन किया सी मम्मी ने मैनू इन्ना कु मजबूर कर दिता ना कि अपने भरा नूं फोन कर हुणे तैनूं आ के लै जे ते उल्टा मम्मी ने वीर नूं मिलन भी नहीं दिता तुहानूं सोनू वीर ने इन्नियां मिन्नतां पाईआं
कि एक बार मैनू कवल भाजी ना गल कर लैन दो, पर मम्मी कहिंदे कि मेरे मुंडे नू पता नहीं लगना चाहिए, जिनी छेती हैगी इत्थों लै जा इहनू। मम्मी ने इदां कीता? नहीं नहीं संदीप, मम्मी इदां नहीं कर सकदे। कर नहीं सकते, होया ही सारा कुछ उन्होंने कहने। संदीप फिर साजिश की शिकार तू ही कली नहीं हुई, आप भी दोए हुए हैं। ये सारी स्कीम जड़ी ही ना भाभी की तो मम्मी की बनाई गई ही। ओ मां, मैं तो तेरे ते यकीन ही बड़ा करता है, तू मैनू जो आख्या मैं वो किया, पर तू मेरे नाल की कीता? भाभी वालों तो अजे मैं सोच सकदा कि भाभी तो साढ़े नाल शरीका करती हो, पर मम्मी ने भी इदा किया, आ गल तो बिल्कुल ही मेरे हजम नहीं हो रही। अच्छा हुण समझ आई मैनू सारी गल, ये सारा कुछ तेनू साढ़े नालों वख करन दे लई कीता गया। दविंदर आ बहुत वधिया कीता आपां, जिहड़ी अपनी इस स्कीम की भिण सही घर दे विच होर किसे नूं नहीं लगन दित्ती। स्कीम? केड़ी स्कीम? संदीप तेनू शायद नहीं पता, पर सानू सारा कुछ ही पता लग गया। जदों तू साडे नाल घर जाएगी ना, उत्थे तेनू सारी समझ लग जानी आ की होया ते की नहीं। प्रीत भाभी नूं तां इह वेले पूरी तरह हत्थां दे विच कीता, हुण नहीं साडे तों बारी हुंदी क्योंकि साढ़े कोल उहदे खिलाफ हुण सारे सबूत हैगे ने, पर असीं इह गल मम्मी नूं नहीं दसी। जो कुछ आ बस साढ़े दोवां दे विच ही आ, ते हुण असीं तेनूं दसांगे सारा कुछ। पर मम्मी इन्ना कुछ कर सकदे आ, इह तां मैं कदी सोचिया भी नहीं। चलो आ जाओ फिर उधर चलिए। मैं आना वा घड़ी रोक के। चल आ जा दविंदर, तू तो आ जा फिर। चलो चल दे। आ जाओ फिर। हां तू चल जा। हां गुस्से आ जी भी। मैं क्यों गुस्से होना? मैं इन्ना कुछ तेरे नाल कीता, गुस्से होना तो तेरा बनता ही आ। मेरा की आ, मैं तो किस्मत दी मारी हाँ, कदी इत्थे कदी उत्थे। हुण मेहने ते ना मार इन्हां गल्लां दे, ठीक आ कीती आ गलती, मनदे भी पए आ इस गल नूं, पर हुण इदां कह कह के शर्मिंदा ते ना कर। संदीप यकीन मन मेरा, मेरा दिल कहिंदा है कि तू सच्ची आ, पर मैं की करदा, सारा कुछ ही तेरे खिलाफ चलन डिया है। मैं चाह के भी कुछ नहीं कर सकता, जे मैं उत्थे कोई भी गल तेरे हक की करदा तो तेनू पता ही आ मम्मी ने किसी ना किसी पासे कोई ना कोई बहाना मार देना है। हुण तो सारा कुछ क्लीयर भी हो गया मम्मी का, उदों तो मैनू पता भी कुछ नहीं हैगा, फिर आप ही मैनू दस तू मैं किवें कोई फैसला लै लैंदा। पर कबल तुसीं मेरा यकीन तोड़िया है, मैं कदी भी यह अपने मन च यह चीज़ नहीं सी लिया सकदी कि तुसीं मेरे नाल इदां कर सकदे आ। पर कबल मैनू तुहाडे ते इन्ना माण सी ना, पर तुसीं मेरा वह यकीन तोड़ता, मैं कदी नहीं सोचिया कि तुसीं मेरे नाल इदां कर सकदे आ। चल कोई गल नहीं, जे तू इन्ना कुछ सियाह वा ना तो हुण तेरे लिए भी इहो जिहा प्रबंध करके आए हाँ, बदले लेंगी जाके उथे।
ਸਸਿਕਾਲ ਦੀਦੀ ਸਸਿਕਾਲ ਹੋ ਠੀਕ ਆ ਪ੍ਰੀਤ ਤੂੰ ਇਦਾਂ ਕਰ ਚਾਹ ਧਰ ਬਾਅਦ ਚ ਉਹਨਾਂ ਨੇ ਵੀ ਆਉਣਾ ਇਧਰ ਭਾਜੀ ਹੋਣਾ ਨੇ ਵੀ ਕੋਈ ਨਹੀਂ ਬਣਾ ਲੈਂਦੀ ਬਹਿ ਜਾ ਦੀਦੀ ਬਹੁਤ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਆ ਗਿਆ ਹੁਣੇ ਥੋੜਾ ਸਮਾਨ ਲੈ ਕੇ ਚਾਹ ਪਾਣੀ ਦਾ ਹੈ ਠੀਕ ਆ ਠੀਕ ਆ ਦੀਦੀ ਮੈਂ ਸੁਣਿਆ ਤੁਸੀਂ ਸੰਦੀਪ ਦੀਦੀ ਨੂੰ ਲੈਣ ਆਏ ਜੇ ਆਹੋ ਪ੍ਰੀਤ ਸਹੀ ਸੁਣਿਆ ਤੂੰ ਸੰਦੀਪ ਨੂੰ ਲੈਣ ਆਏ ਆ ਹਾਏ ਤੁਹਾਨੂੰ ਕੀ ਹੋ ਗਿਆ ਇੰਨਾ ਕੁਛ ਤੁਹਾਨੂੰ ਅੱਗੇ ਤੁਹਾਡੇ ਨਾਲ ਕੀਤਾ ਵਾ ਫਿਰ ਤੁਸੀਂ ਉਹਨੂੰ ਲੈ ਚੱਲੇ ਜੇ ਪ੍ਰੀਤ ਤੂੰ ਮੈਨੂੰ ਐਡੀ ਕੱਚੀ ਗੋਲੀ ਸਮਝਿਆ ਮੈਂ ਵੀ ਹੁਣ ਚਲਾਕ ਹੋ ਗਈ ਹਾਂ ਤੇਰੇ ਵਾਂਗੂ ਅਸੀਂ ਇਹਨੂੰ ਖੜ ਕੇ ਬੈੱਡ 'ਤੇ ਥੋੜ੍ਹੀ ਬਿਠਾਉਣਾ ਵਾ ਮੰਮੀ ਅਤੇ ਦੀਦੀ ਨੂੰ ਕੰਮ ਬੜਾ ਪੈਂਦਾ ਵਾ ਇਸ ਲਈ ਖੜਨਾ ਵਾ ਕੰਮ ਕਰੂਗੀ ਹਾਂ ਆਹ ਵੀ ਗੱਲ ਤੁਹਾਡੀ ਠੀਕ ਆ ਮੈਂ ਵੀ ਆਖਾਂ ਕਿ ਚੰਗੇ ਭਲੇ ਸੀ ਸਾਰੇ ਜਾਣੇ ਇਹਨਾਂ ਨੂੰ ਕੀ ਹੋ ਗਿਆ ਵਾ ਅੱਛਾ ਗੁੱਸੇ ਆ ਅਜੇ ਵੀ ਹੈਪੀ ਅੰਗੂ ਕੀ 1 2 3 ਇਹ ਉਹ ਕਹਣਾ ਵਾ ਹੈਪੀ ਨਹੀਂ ਕਸੂਰ ਆਪਣਾ ਵਾ ਤੇ ਗੱਡੀ ਉਹਦਾ ਜਾਂਦੀ ਆ ਕਿਤੋਂ ਜਾਂਦੀ ਆ ਕੀ ਹੋ ਰਿਹਾ ਜਦੋਂ ਲੱਗ ਗਿਆ ਉਹ ਤੇਰਾ ਹੀ ਘਰ ਵਾਲਾ ਤੇਰੇ ਲੱਗ ਗਿਆ ਹੁੰਦਾ ਆਹੋ ਆ ਤੇ ਫੇਰ ਫੇਰ ਪ੍ਰੋਬਲਮ ਕਿਹੜੀ ਗੱਲ ਦੀ ਆ ਪ੍ਰੋਬਲਮ ਨਹੀਂ ਕੀ ਗੱਲ ਦੀ ਜਦ ਤੂੰ ਆ ਕੇ ਪੈਨੇ ਮੇਰਾ ਹਾਸਾ ਨਿਕਲ ਜਾਂਦਾ ਸੋ ਵੀ ਕੀ ਕੀ ਜੁਗੜ ਜਾਣੇ ਆ ਕੋਈ ਸੀ ਚੱਲ ਮੈਂ ਡਰ ਗਈ ਵੀ ਇਹਨਾਂ ਨੇ ਹੁਣ ਐ ਤੋਂ ਚੱਲ ਕੋਈ ਪੜ ਇਹ ਵੀ ਜੀਨ ਬਣਨਾ ਹੁਣ ਬਣ ਮਾਰਾ ਜਾ ਬਾਰਾ ਦਿਨ ਬਣਾ ਚੱਲ ਦੋਰੇ ਫਿਰ ਕੋਸ਼ਿਸ਼ ਕਰਦੇ ਹਾਂ ਸੰਦੀਪ ਸੰਦੀਪ ਜੀ ਦੇ ਕਰਦਾ ਕਿ ਤੇਰੀ ਆ ਬਾਂਹ ਮਰੋੜ ਕੇ ਤੇ ਚੂੜੀਆਂ ਪਾ ਦਾਂ ਉਂ ਕਰਕੇ ਪਾਉਂਦੇ ਹੁੰਦੇ ਨੇ ਉਂ ਕਰਕੇ ਸਕੂਲੇ ਵਿੱਚ ਪਾਉਂਦੇ ਹੁੰਦੇ ਨੇ ਹਾਏ ਨਹੀਂ 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 ਨਹੀਂ